ਇਸ ਜਹਾਨ ਤੇ ਮਾਂ ਨੂੰ ਹੀ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਤੇ ਮਾਂ ਦੀ ਹੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ। ਜੀ ਹਾਂ, ਦੱਸ ਦਈਏ ਕਿ ਇੱਥੇ ਇੱਕ ਪੁੱਤ ਕਪੁੱਤ ਨਿਕਲਿਆ ਜਿਸਨੇ ਕਿ ਆਪਣੀ ਮਾਂ ਦੇ ਨਾਲ ਹੀ ਕੁੱਟਮਾਰ ਕੀਤੀ ਹੈ, ਉਹ ਵੀ ਆਪਣੀ ਪਤਨੀ ਦੇ ਨਾਲ ਮਿਲ ਕੇ। ਜੀ ਹਾਂ, ਦੱਸ ਦਈਏ ਕਿ ਨੂੰਹ ਅਤੇ ਪੁੱਤ ਦੇ ਵੱਲੋਂ ਆਪਣੀ ਮਾਂ ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ। ਵਜ੍ਹਾ ਸਿਰਫ ਇਹ ਸੀ ਕਿ ਉਹ ਜ਼ਮੀਨ ਜੋ ਇਹਨਾਂ ਦੇ ਨਾਮ ਨਹੀਂ ਸੀ ਕਰ ਰਹੀ, ਇਸ ਤੋਂ ਤੰਗ ਆ ਕੇ ਦੋਵਾਂ ਨੇ ਆਪਣੀ ਮਾਂ ਦੇ ਨਾਲ ਹੀ ਕੁੱਟਮਾਰ ਕੀਤੀ ਹੈ। ਹਾਲਾਂਕਿ ਇਹ ਉਹ ਮਾਂ ਹੈ ਜਿਸਨੇ ਆਪਣੇ ਪੁੱਤ ਨੂੰ 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖਿਆ, ਉਸਦੀ ਹਰ ਇੱਕ ਮੁਸੀਬਤ ਨੂੰ ਆਪਣੇ ਸਿਰ 'ਤੇ ਲਿਆ ਅਤੇ ਜਦੋਂ ਉਸ ਮਾਂ ਦੇ ਉੱਤੇ ਮੁਸੀਬਤ ਆਈ, ਉਸਨੂੰ ਸੰਭਾਲਣ ਦਾ ਸਮਾਂ ਆਇਆ ਤਾਂ ਖੂਨ ਹੀ ਚਿੱਟਾ ਹੋ ਗਿਆ। ਜੀ, ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੂੰਹ ਅਤੇ ਪੁੱਤ ਦੇ ਵੱਲੋਂ ਜ਼ਮੀਨ ਨੂੰ ਲੈ ਕੇ ਆਪਣੀ ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਮਾਂ ਦੀ ਧੀ ਦੇ ਵੱਲੋਂ ਆ ਕੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਆ ਕੇ ਮਾਂ ਨੇ ਭਰੇ ਮਨ ਦੇ ਨਾਲ ਆਪਣੀ ਸਾਰੀ ਗੱਲ ਦੱਸੀ ਹੈ। ਉਸ ਮਾਂ ਦਾ ਕਹਿਣਾ ਹੈ ਕਿ ਉਸਦੇ ਨਾਮ 'ਤੇ 9 ਮਰਲੇ 4 ਕਨਾਲਾ ਜ਼ਮੀਨ ਆਉਂਦੀ ਹੈ, ਜਿਸ ਨੂੰ ਕਿ ਉਸਦਾ ਪੁੱਤ ਅਤੇ ਨੂੰ ਹੜੱਪਣਾ ਚਾਹੁੰਦੇ ਨੇ। ਪਹਿਲਾਂ ਉਸ ਤੋਂ ਸੋਨੇ ਦੀਆਂ ਵਾਲੀਆਂ ਅਤੇ 50,000 ਰੁਪਏ ਕੈਸ਼ ਖੋਲ੍ਹੇ ਅਤੇ ਹੁਣ ਸਾਰੀ ਜ਼ਮੀਨ ਨੂੰ ਹੜੱਪਣ ਦੇ ਵਿੱਚ ਲੱਗੇ ਹੋਏ ਨੇ। ਨਾ ਤਾਂ ਉਸਨੂੰ ਸਮੇਂ ਦੇ ਉੱਤੇ ਰੋਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਸਨੂੰ ਕੋਈ ਪਾਣੀ ਵਗੈਰਾ ਪੁੱਛਦਾ, ਜਿਸ ਤੋਂ ਤੰਗ ਆ ਕੇ ਜਦੋਂ ਉਸਨੇ ਉਹ ਜ਼ਮੀਨ ਉਹਨਾਂ ਦੇ ਨਾਮ ਨਾ ਕੀਤੀ ਤਾਂ ਗੁੱਸੇ ਦੇ ਵਿੱਚ ਆਏ ਨੂੰਹ ਅਤੇ ਪੁੱਤ ਦੇ ਵੱਲੋਂ ਘਰ ਨੂੰ ਬੰਦ ਕਰਕੇ ਮਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ। ਜਿਸ ਤੋਂ ਬਾਅਦ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਇਸ ਧੀ ਨੂੰ ਮਿਲਦੀ ਹੈ ਤਾਂ ਉਹ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੰਤੋ ਬਾਈ ਅਰਨੀ ਵਾਲੇ ਉਮਰ 60-70 ਸਾਲ ਪਹਿਲੀ ਮੇਰੇ ਨੌ ਮਰਲੇ ਤੇ 4 ਕਨਾਲਾ ਬੁੱਢਾ ਲਾ ਗਈ ਅਸੀਂ ਲੋਕਾਂ, ਤੂੰ ਪਹਿਲੀ ਆਪਦੀ ਤੇ ਤੇਰੀ ਤੇ 2 ਕੁੱਲੇ ਮੁੰਡੇ ਦੀ ਹੈ। ਤੇਰੇ ਕੁੜੀਆਂ ਨੇ ਸਾਨੂੰ ਅੱਗੇ ਪਹਿਲਾਂ ਕੱਢੀ ਕੁੜੀ ਰੱਖਿਆ ਤੇ ਫਿਰ ਉਸ ਤੋਂ ਬਾਅਦ ਨਾ ਕੋਈ ਸੰਭਾਲ ਨਾ ਕਰਨ ਕੁਛ ਨਾ ਕਰਨ, ਫਿਰ ਉਹਨਾਂ ਪੜ੍ਹੀ ਜਿਹੜੀ ਨਾ ਫਿਰ ਪੜ੍ਹੀ ਜਿਹੜੀ ਨਾ ਉਹਨਾਂ ਨੇ ਆਖਿਆ ਵੀ ਸਾਡੇ ਨਾਂ ਲਵਾ ਤਾ, ਮੈਨੂੰ ਰੋਟੀ ਦਿੰਦੇ ਨਹੀਂ ਸੀ, ਭੁੱਖੀ ਪਾਣੀ ਪਈ ਰਹਿਣਾ। ਫਿਰ ਮੈਂ ਕਮਾਇ ਪੜ੍ਹੀ ਨਹੀਂ ਦਿੰਦੀ, ਜਦੋਂ ਮੈਨੂੰ ਰੋਟੀ ਪਾਣੀ ਨਹੀਂ ਮਿਲਦਾ ਤਾਂ ਇਹ ਫਿਰ ਕੁੱਟਮਾਰ ਕੀਤੀ ਨੀ ਆ 2-3 ਦਿਨ ਹੋ ਗਏ ਦੁੱਖ ਲਾ ਕੇ ਦੇ ਦੇ। ਇਹਨੇ ਆਖਿਆ ਮੈਂ ਕਰ ਦਊਗੀ, ਮੈਨੂੰ ਰੋਟੀ ਦੇ ਦੋ। ਰੋਟੀ ਉਹਨਾਂ ਦਿੱਤੀ ਕਿ ਉਹਨੇ ਤੁਹਾਨੂੰ ਮਾਰ ਪੁੱਟ ਕੇ ਤੇ ਮੇਰੇ ਬੂਹ ਦੇ ਅੱਗੇ ਸੱਟ ਗਏ। ਨਾਈਆਂ ਟਾਹੀ ਗਾ, ਮੈਂ ਤਾਂ ਕੱਲ ਨੂੰ ਕਰੇ ਕੋ ਨਹੀਂ ਸੀ। ਸਾਰੇ ਪਰਿਵਾਰ ਨੇ ਮਾਰਿਆ, ਮੇਰਾ ਭਰਾ, ਮੇਰੇ ਭਰਜਾਈਆਂ, ਭਤੀਜੀਆਂ, ਨੌਵਾਂ ਭਤੀਜੀ ਸਾਰਿਆਂ ਨੇ ਮਾਰਿਆ ਤੇ ਬਈ ਉਹ ਪਹਿਲੀ ਬਈ ਦੇ ਦੇ। ਮਾਂ ਤਾਂ ਆਂਦੀ ਮੈਨੂੰ ਰੋਟੀ ਹੁਣ ਨਹੀਂ ਮਿਲਦੀ ਤੇ ਮੈਂ ਪਹਿਲੀ ਕਿਵੇਂ ਦੇਵਾਂ ਵੀ ਰੋਟੀ ਨਹੀਂ ਦਿੱਤੀ। ਕੱਲ੍ਹ ਚਾਹ ਕੋਣੀ ਦਿੱਤੀ ਨੇ ਵੀ ਸਵੇਰ ਤੜਕੇ ਦੀ ਕੁੜੀ ਲੱਗਣੀ ਹੈ। ਉਹਨੇ 50,000 ਰੁਪਈਆ ਤੇ ਸੋਨੇ ਦੀ ਵਾਲੀਆਂ ਇਹ ਲਾ ਲਈਆਂ ਨੇ। ਆਂਦੀ ਸੋਨੇ ਦੀ ਵਾਲੀਆਂ, ਉਹ ਤਾਂ ਪਤਾ ਮੈਨੂੰ ਸੋਨੇ ਦੀ ਵਾਲੀਆਂ ਹੈਗੀਆਂ ਸੀ, ਮੇਰੇ ਕੋਲ ਆਈ ਸੀ ਅੱਗੇ ਪਹਿਲੇ ਆਈ ਸੀ ਤੇ ਉਹਨਾਂ ਲਾ ਲਈਆਂ ਤੇ 50,000 ਰੁਪਈਆ। ਪੁਲਿਸਨ ਪੇ ਜੋੜੀ ਰੱਖਦੀ, ਵਡੇਰੇ ਬੰਦੇ ਜੋੜੀ ਲੈਂਦੇ ਨਾ ਪੁਲਿਸਨ, ਉਹ 50,000 ਰੁਪਈਆ ਸੀ ਮਾਤਾ ਦਾ। ਅਸੀਂ ਬਈ ਹੁਣ ਕੋਈ ਕੇਸ ਕੁਸ ਬਣਾਵਾਂਗੇ, ਹੋਰ ਕੀ ਕਰਨਾ ਹੈ। ਬਈਆਂ ਜੇ ਨਤੀਜਾ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਵੀ ਮਾਤਾ ਨੂੰ ਕੁੱਟ ਕੇ ਤੇ ਮੇਰੇ ਬੂਹੇ ਦੇ ਅੱਗੇ ਸਾਡੇ, ਮੇਰਾ ਬੱਚਾ ਨਹੀਂ, ਮੇਰਾ ਅੰਬਲੀ ਬੰਦਾ ਹੈਗਾ, ਕੋਈ ਮੇਰਾ ਸੰਭਾਲਣ ਨਾਲ ਆਏਗਾ ਨਹੀਂ, ਮਗਰ ਕੋਈ ਨਹੀਂ ਆਇਆ ਮੇਰਾ ਵਾਰਸ ਹੈਗਾ ਕੋਈ ਨਹੀਂ।